ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ। ਆਹ ਦੇਖ ਸਕਦੇ ਹੋ ਤੁਸੀਂ, ਇੱਥੇ ਘਰੜਾ ਕੈਮੀਕਲ ਦਾ ਇੱਕ ਨਵਾਂ ਅਪਡੇਟ ਆਇਆ ਨੇਤਾ ਜੀ, ਜਿਹੜਾ ਚੌੜੀ ਪੱਤੀ ਤੇ 16 ਤਰ੍ਹਾਂ ਦੇ ਨਦੀਨਾਂ ਤੇ ਕੰਮ ਕਰਦਾ, ਤੇ ਉਹਦਾ ਜਿਹੜਾ ਮੇਨ ਸਾਰਿਆਂ ਨੂੰ ਬਹੁਤ ਵਧੀਆ ਜਿਹੜਾ ਕਿਸਾਨਾਂ ਲਈ ਵਰਦਾਨ ਆ, ਜਿਹੜਾ ਉਹਦਾ ਕੰਮ ਆ ਵੀ ਉਹ ਫਟਾਰਾ ਇੰਨਾ ਕਰਾਉਂਦਾ ਜਿਵੇਂ ਆਪਣਾ ਝੋਨੇ ਦਾ ਪੌਦਾ ਹੁੰਦਾ, ਕਣਕ ਦਾ ਬੂਟਾ ਵੀ ਉਸ ਤਰ੍ਹਾਂ ਦੇਖ ਸਕਦਾ। ਇਹ ਤੁਸੀਂ ਕਣਕ ਆ ਤੁਸੀਂ ਦੇਖ ਸਕਦੇ ਹੋ, ਮਤਲਬ ਇੰਨੀ ਕੁ ਫੋਟ ਕਰਾਈ ਦਿਖਾਉਣਾ ਤੁਹਾਨੂੰ ਜੀ। ਆਹ ਦੇਖ ਸਕਦੇ ਹੋ ਤੁਸੀਂ ਜਿਸ ਤਰ੍ਹਾਂ ਝੋਨੇ ਦਾ ਬੂਟਾ ਹੁੰਦਾ ਜੀ, ਇਹ ਦੇਖ ਸਕਦੇ ਹੋ। ਦੂਸਰੇ ਪਾਸੇ ਵੀ ਦਿਖਾਉਣਾ ਜੀ, ਇੱਧਰ ਪਾਣੀ ਲੱਗ ਚੁੱਕਿਆ, ਇਹ ਤਾਂ ਆਪਾਂ ਅੰਦਰ ਨਹੀਂ ਦੱਸ ਸਕਦੇ ਜੀ, ਇਹ ਤਾਂ ਦੇਖ ਸਕਦੇ ਹੋ ਜੀ ਤੁਸੀਂ। ਸ਼ੁਰੂ ਤੋਂ ਦਿਖਾ ਰਿਹਾ ਜੀ ਤੁਹਾਨੂੰ, ਆਹ ਦੇਖ ਸਕਦੇ ਹੋ ਜੀ, ਤਕਰੀਬਨ ਹਰੇਕ ਬੂਟਿਆਂ ਨੂੰ ਦੇਖ ਸਕਦੇ ਹੋ ਕਿੰਨੀਆਂ ਕਿੰਨੀਆਂ ਸੰਖਾਂ ਲਈਆਂ ਜੀ। ਆਹ ਦੇਖ ਸਕਦੇ ਹੋ, ਆਹ ਦੇਖੋ ਆਹ ਬੂਟਾ, ਕਣਕ ਦੇ ਬੂਟੇ ਇਸ ਤਰ੍ਹਾਂ ਹੁੰਦੇ ਆ ਦੇਖ ਸਕਦੇ ਹੋ ਤੁਸੀਂ, ਜਿਵੇਂ ਝੋਨੇ ਦਾ ਬੂਟਾ ਹੁੰਦਾ, ਇੰਨਾ ਕੁ ਫਟਾਰਾ ਦੇ ਚੁੱਕੀ ਹੈ ਕਣਕ ਨੂੰ। ਆਹ ਦੇਖ ਸਕਦੇ ਹੋ ਸਾਰੇ ਬੂਟੇ ਜੀ, ਬਹੁਤ ਹੀ ਜ਼ਬਰਦਸਤ ਰਿਜ਼ਲਟ ਆ ਜੀ ਫਟਾਰੇ ਵਾਸਤੇ ਵੀ ਇਹਦਾ, ਜਿਹੜਾ ਨਦੀਨਾਂ ਦੇ ਦਾ ਕੰਮ ਕਰ ਰਹੇ ਦੇਖ ਸਕਦੇ ਹੋ, ਪੌਦੇ ਦੇਖੋ ਜੀ ਕਿਸ ਤਰ੍ਹਾਂ ਬਣੇ ਆ, ਤਕਰੀਬਨ ਹਰ ਬੂਟੇ ਦੇ ਅੰਦਰ ਫੋਟਾ ਹੀ ਹੋਈ ਦੇਖ ਸਕਦੇ ਹੋ। ਆਹ ਦੇਖ ਸਕਦੇ ਹੋ ਤੁਸੀਂ, ਆਪਣੇ ਧਿਆਨ ਨਾਲ ਦੇਖੋ ਜੀ, ਆਹ ਦੇਖੋ ਕਣਕ ਨੂੰ ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਤਜਰਬਾ ਦਿਖਾਉਣਾ ਇਸ ਕਣਕ ਦੇ ਵਿੱਚ ਹੀ ਜਿੱਥੇ ਦਵਾਈ ਨਹੀਂ ਪਈ, ਆਹ ਏਰੀਆ ਇਹਨਾਂ ਦਾ, ਆਹ ਦੇਖ ਸਕਦੇ ਹੋ ਆਹ ਫੋਟ ਵਾਲਾ ਏਰੀਆ ਜੀ, ਇੱਥੇ ਦਵਾਈ ਪਈ ਨਹੀਂ ਇਹਦਾ ਦੇਖੋ, ਇਸੇ ਬਾਂਹ ਦੀ ਦੇਖੋ ਤੁਹਾਨੂੰ ਦਿਖਾ ਰਿਹਾ ਮੈਂ, ਉਹ ਸਾਈਡ ਜਿਹੜੀ ਦਵਾਈ ਪਈ ਹੋਈ ਹੈ ਇਹ ਦੇਖ ਸਕਦੇ ਹੋ, ਇਹ ਸਿੰਗਲ ਖੜੇ ਆ ਨਾ ਜੀ, ਇੰਨਾ ਜ਼ਬਰਦਸਤ ਰਿਜ਼ਲਟ ਆ ਦੇਖੋ, ਆਹ ਤੁਸੀਂ ਦੇਖ ਸਕਦੇ ਹੋ। ਅੱਗੇ ਹੁਣ ਆਪਾਂ ਜਾਵਾਂਗੇ ਇਹ, ਆਹ ਜੀ ਆਹ ਦੇਖੋ ਇੱਥੇ ਦਵਾਈ ਹੋਈ ਹੋਈ ਹੈ ਦੇਖ ਸਕਦੇ ਹੋ ਤੁਸੀਂ, ਦੇਖ ਸਕਦੇ ਹੋ ਠੀਕ ਹੈ ਜੀ। ਆਪਾਂ ਅੱਗੇ ਚੱਲਦੇ ਹਾਂ ਯਾਰ, ਰਹਿ ਗਿਆ ਏਰੀਆ, ਆਹ ਦੇਖ ਸਕਦੇ ਹੋ ਇੱਥੇ ਫਿਰ ਪਈ ਹੈ ਦਵਾਈ, ਅਤੇ ਇੱਕ ਜਿਹੜੀ ਤਕਰੀਬਨ ਨਾਲ ਹੀ ਗੁਆਂਢੀਆਂ ਦੀ ਕਣਕ ਆ ਜਿਹਦੇ ਉੱਪਰ ਨਹੀਂ ਹੋਈ, ਇੱਧਰ ਵੀ ਨਿਗਾਹ ਮਾਰ ਸਕਦੇ ਹੋ, ਅਤੇ ਇੱਧਰ ਦੇਖੋ ਜੀ। ਸੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ, ਇਸ ਦਵਾਈ ਦੀ ਤੁਸੀਂ ਜ਼ਰੂਰ ਵਰਤੋਂ ਕਰੋ ਜੀ, ਇਹ ਦਵਾਈ ਤਕਰੀਬਨ ਜਿਹੜੀ ਖਾਸ ਧਿਆਨ ਰੱਖਣ ਵਾਲੀ ਗੱਲ ਆ ਜੀ, ਇਹ ਦਵਾਈ 50 ਦਿਨਾਂ ਤੋਂ ਥੱਲੇ ਕਰਨੀ ਆ ਅਤੇ 16 ਤਰ੍ਹਾਂ ਦੇ ਨਦੀਨਾਂ ਨੂੰ ਮਾਰਦੀ ਆ, ਅਗਲੀ ਫਸਲ 'ਤੇ ਇਹਦਾ ਕੋਈ ਵੀ ਬੁਰਾ ਅਸਰ ਨਹੀਂ, 20 ਤੋਂ 25 ਦਿਨਾਂ ਵਿੱਚ ਜ਼ਮੀਨ 'ਚੋਂ ਇਹਦਾ ਜਿਹੜਾ ਅਸਰ ਆ ਖਤਮ ਹੋ ਜਾਂਦਾ ਜੀ। ਅਤੇ ਇੱਕ ਕੋਸ਼ਿਸ਼ ਆਪਾਂ ਇਹ ਕਰਨੀ ਵੀ ਕੱਟ ਨੋਜ਼ਲ ਦੇ ਨਾਲ ਸਪਰੇ ਕਰਨੀ ਆ, ਬਾਈਆਂ ਤੋਂ ਥੋੜ੍ਹਾ ਜਿਹਾ ਗਲਤੀ ਹੋ ਗਈ ਇਹਨਾਂ ਨੇ, ਜਿਹੜੀ ਆਪਣਾ ਇੰਜਨ ਵਾਲੀ ਢੋਲੀ ਹੁੰਦੀ ਉਹਦੇ ਨਾਲ ਕਰੀਏ, ਤਾਂ ਕਰਕੇ ਆਹ ਦੇਖ ਸਕਦੇ ਹੋ ਰਹਿ ਗਿਆ ਏਰੀਆ, ਤੁਸੀਂ ਉਹ ਦੇਖੋ ਜਿਹੜਾ ਰਿਹਾ ਹੋ ਰਹੀ ਆ ਏਰੀਆ, ਇਹ ਰਿਜ਼ਲਟ ਲਈ ਆਪਾਂ ਨੂੰ ਚਲੋ ਬਹੁਤ ਵਧੀਆ ਮਿਲ ਗਿਆ ਤਰੀਕਾ, ਦੇਖ ਸਕਦੇ ਹੋ ਇਹਦਾ ਦੇਖੋ ਇਹਦੀ ਕੀ ਲਾ ਅਤੇ ਉਹਦੇ ਕੀ ਲਾ, ਇਹ ਵੀਰੇ ਜੀ ਨੇ ਕਰੀ ਹੋਈ ਸੀ, ਫਿਰ ਕਹਿੰਦੇ ਵੀ ਸਾਨੂੰ ਤੁਸੀਂ ਗੱਲ ਕਰ ਸਕਦੇ ਵੀਰੇ ਥੋੜ੍ਹੀ ਜਿਹੀ, ਚਲੋ ਕੋਈ ਗੱਲ ਨਹੀਂ, ਸੋ ਸਾਹਮਣੇ ਆ ਤੁਹਾਡੇ ਜੀ, ਹਾਂ ਧੰਨਵਾਦ ਜੀ।